ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਦਾਰ ਅੰਗਰੇਜ਼ ਸਿੰਘ, ਪਿੰਡ ਜੰਡੋਕੇ, ਨੰਬਰਦਾਰ। ਸਭ ਤੋਂ ਪਹਿਲਾਂ ਜੀ ਮੇਰੇ ਪੜਦਾਦਾ ਜੀ ਨੰਬਰਦਾਰ ਸੀ, ਉਦੋਂ ਬਾਅਦ ਦਾਦਾ ਜੀ, ਫਿਰ ਪਿਤਾ ਜੀ, ਹੁਣ ਪੰਜਵੇਂ ਥਾਂ ਮੈਂ ਨੰਬਰਦਾਰ ਬਣਿਆ। ਇਹ ਤਾਂ ਵੇਖੋ ਜੀ, ਇੱਕ ਇਹਨਾਂ ਨੇ ਸਰਕਾਰਾਂ ਨੇ ਸ਼ੋਸ਼ਾ ਜਿਹਾ ਛੱਡਿਆ ਹੁੰਦਾ ਇੱਕ, ਇਹਦੇ ਵਿੱਚ ਨੰਬਰਦਾਰਾਂ ਨੂੰ ਕੀ ਮਿਲਦਾ, ਉਹਦੇ ਨਾਲੋਂ ਜ਼ਿਆਦਾ ਤਾਂ ਕਿਸੇ ਨਾਲ ਆਉਣ ਜਾਣ ਦੇ, ਆਪਦਾ ਡੀਜ਼ਲ ਖਰਚਾ ਹੀ ਕਰ ਲਈਦੇ, ਨਾ ਕਿਸੇ ਤੋਂ ਕੋਈ ਲੈਣਾ ਨਾ ਦੇਣਾ, ਇਹਦੇ ਸੇਵਾ ਤੌਰ 'ਤੇ ਤੁਰੇ ਜਾਂਦੇ ਹਾਂ। ਇਹ ਤਾਂ ਬਿਲਕੁਲ ਨਾਮ ਮਾਤਰ ਜੀ ਇੱਕ ਸੇਵਾ ਇਹਨਾਂ ਦੀ। ਇਹ ਮੋਦੀ ਸਰਕਾਰ ਨੇ ਸਰਾਸਰ ਧੱਕਾ ਕੀਤਾ ਜੀ ਕਿਸਾਨਾਂ ਨਾਲ। ਕੋਈ ਵੀ ਸਰਕਾਰ ਆ, ਉਹਨੂੰ ਪਹਿਲੋਂ ਗਰਾਊਂਡ ਲੈਵਲ ਤੋਂ ਕੋਈ ਵੀ ਕਿਸੇ ਵੀ ਫੀਲਡ 'ਚ ਫੈਸਲਾ ਕਰਨਾ ਹੋਵੇ, ਉਹਨੂੰ ਪਹਿਲੋਂ ਗਰਾਊਂਡ ਲੈਵਲ ਤੋਂ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ, ਲੋਕ ਰਾਏ ਲੈਣੀ ਚਾਹੀਦੀ ਆ। ਇਹ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਉਹਨੇ ਜੱਟਾਂ ਦੇ ਉੱਤੇ ਕਿ ਤੁਹਾਡੀਆਂ ਜ਼ਮੀਨਾਂ ਦੇ ਮਾਲਕ ਮੈਂ ਹਾਂ, ਜਿਹਨੂੰ ਮਰਜ਼ੀ ਦੇ ਦਾਂ, ਪਰ ਇਹ ਹੋ ਨਹੀਂ ਸਕਦਾ। ਵੇਖੋ ਜੀ, ਦੂਜੇ ਸੂਬਿਆਂ 'ਚ ਹੁਣ ਜਿੱਥੇ ਮੰਡੀ ਬੋਰਡ ਤੋੜਿਆ, ਜਿੱਦਾਂ ਬਿਹਾਰ ਯੂਪੀ, ਉਹਨਾਂ ਨੂੰ ਪੂਰਾ ਰੇਟ ਨਹੀਂ ਮਿਲਦਾ, ਉਹ ਵਪਾਰੀ ਵਰਗ ਖਰੀਦਦਾ, ਫਾਇਦਾ ਵਪਾਰੀ ਨੂੰ ਹੋਣਾ, ਆਮ ਕਿਸਾਨ ਅਤੇ ਛੋਟਾ ਕਿਸਾਨ ਤਾਂ ਲਿਆ ਕੇ ਪੰਜਾਬ 'ਚ ਵੇਚ ਨਹੀਂ ਸਕਦਾ। ਇਹ ਤਾਂ ਲੁੱਟ ਘਸੁੱਟ ਹੋ ਰਹੀ ਉਹਨਾਂ ਨਾਲ, ਉਹਨਾਂ ਤੋਂ 800-900 ਨੂੰ ਲਈ ਕੇ 1800 ਨੂੰ ਵੇਚਣ ਦੇ। ਇਹ ਸਰਕਾਰਾਂ ਜਦੋਂ ਵਪਾਰੀ ਨਾਲ ਰਲੀਆਂ ਹੋਈਆਂ, ਕਿਸਾਨ ਨੂੰ ਕੀ ਮਿਲਣਾ, ਕਿਸਾਨ ਤਾਂ ਤੁਹਾਡੇ ਸਾਹਮਣੇ ਸੜਕਾਂ 'ਤੇ MSP ਲਈ ਅਤੇ ਰੇਟ ਲਈ ਬੈਠੇ। ਅਤੇ ਜਿੰਨਾ ਚਿਰ ਇਹ ਆਰਡੀਨੈਂਸ ਬਿੱਲ ਖਾਰਜ ਨਹੀਂ ਹੁੰਦੇ, ਉਨਾ ਚਿਰ ਰਹੇਗਾ, ਕੈਂਸਲ ਨਹੀਂ ਹੁੰਦੇ ਜਿੰਨਾ ਚਿਰ, ਕਿਉਂਕਿ ਹੁਣ ਤਾਂ ਹੋਰ ਜੱਟਾਂ ਨੇ ਵਿਹਲੇ ਰਹਿਣਾ, ਕਣਕਾਂ ਬੀਜ ਕੇ ਅਜੇ ਤਾਂ ਸਭ ਘੱਟ ਆ। ਵੇਖੋ ਜੀ, ਹੁਣ ਤਾਂ ਸਿਆਸਤ ਕਰਦੇ ਸਾਰੇ ਕਿਸਾਨਾਂ ਦੇ ਨਾਲ ਆ, ਜਿੰਨੀਆਂ ਵੀ ਪਾਲਟੀਆਂ ਖੱਬੇ ਸੱਜੀਆਂ ਸਾਰੀਆਂ ਜੀ, ਅਤੇ ਜਦੋਂ ਦਿੱਲੀ ਨੂੰ ਜਾਣਗੇ ਫਿਰ ਪਤਾ ਲੱਗੂ ਕਿਹੜਾ ਕਿਹੜਾ ਜਾਂਦਾ। ਨੋਟਬੰਦੀ 'ਚ ਸਾਨੂੰ ਤਾਂ ਕੋਈ ਫਾਇਦਾ ਨਹੀਂ ਜਾਪਿਆ, ਤੁਸੀਂ ਆਪ ਵੇਖ ਲਓ ਜਾਂ ਮੀਡੀਆ ਰਿਪੋਰਟਸ ਵੇਖ ਲਓ, ਕਈ ਮੌਤਾਂ ਹੋ ਗਈਆਂ, ਕਈ ਵਿਚਾਰਿਆਂ ਦੇ ਰੁਜ਼ਗਾਰ ਛੁੱਟ ਗਏ, ਲੋਕਾਂ ਨਾਲ ਧੱਕਾ ਹੀ ਹੋਇਆ, ਕੋਈ ਸੁੱਖ ਦਾ ਸਾਧ ਨਹੀਂ ਹੋਇਆ।